ਰੰਧਾਵਾ ਸਾਹਿਬ ਇੱਕ ਵਿਧਾਨ ਸਭਾ ਦੇ ਸਪੀਕਰ ਨੂੰ ਕਿਵੇਂ ਦੇਖਦੇ ਹੋ? ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੱਖਪਾਤੀ ਹੈ ਇੱਕ ਪਾਰ ਉਹਦੇ ਤੋਂ ਬਾਅਦ ਤੁਸੀਂ ਨਹੀਂ ਦੇਖਦੇ ਇੰਨਾ ਪੱਖਪਾਤੀ ਤੇ ਇੰਨਾ ਐਰੋਗੈਂਟ ਔਰ ਜਿਹੜਾ ਸੁਣਨਾ ਹੀ ਨਹੀਂ ਚਾਹੁੰਦਾ ਐਟੀਟਿਊਡ ਹੀ ਚੇਂਜ ਹੋ ਗਿਆ ਮੇਰੇ ਨਾਲ ਬੜਾ ਉਹਨਾਂ ਦਾ ਪਿਆਰ ਸੀ ਜੀ ਮੇਰੇ ਘਰੇ ਆਣ ਕੇ ਬੈਠਦੇ ਸੀ ਮੇਰੇ ਆਫਿਸ 'ਚ ਆ ਕੇ ਬੈਠਦੇ ਸੀ ਮੈਂ ਇੱਜ਼ਤ ਮਾਣ ਮੇਰਾ ਖਿਆਲ ਕਾਂਗਰਸੀਆਂ ਨਾਲੋਂ ਵੱਧ ਇਹਨਾਂ ਨੂੰ ਦਿੰਦਾ ਰਿਹਾ ਔਰ ਤੁਸੀਂ ਵੀ ਦੇਖਦੇ ਰਹੇ ਹੋ ਅਤੇ ਮੇਰੇ ਕਮਰੇ 'ਚ ਅਮਨ ਅਰੋੜਾ ਇਹ ਸਾਰੇ ਜਿੰਨੇ 10-12 MLA ਸੀ ਮੈਂ ਤਾਂ ਇਹਨਾਂ ਨੂੰ ਕਦੀ ਮੱਥੇ ਵੱਟ ਪਾਏ ਨਹੀਂ ਸੀ ਪਰ ਇਹਨਾਂ ਦੇ ਮੰਤਰੀ ਪਤਾ ਨਹੀਂ ਕੀ ਜ਼ਹਿਰ ਦੇ ਦਿੱਤਾ ਉਹਨਾਂ ਨੂੰ ਕੇਜਰੀਵਾਲ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰੋ ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਖਤਰੇ 'ਚ ਪਾ। ਰੰਧਾਵਾ ਸਾਹਿਬ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅੰਦਰ ਸਾਨੂੰ ਜਾਣ ਬੁੱਝ ਕੇ ਸੈਸ਼ਨ ਚਲਾਉਣ ਨਹੀਂ ਦੇ ਰਹੇ ਕਾਂਗਰਸ ਵਾਲੇ, ਮੁੱਦਾ ਕੋਈ ਇਹਨਾਂ ਕੋਲ ਹੈ ਨਹੀਂ ਗਾ, ਵਿਘਨ ਪਾਉਂਦੇ ਆ। ਮੇਰੀ ਗੱਲ ਸੁਣੋ, ਸਰਾਰੀ ਤੋਂ ਵੱਡਾ ਕੋਈ ਮੁੱਦਾ ਹੈ? ਇਹ ਗਵਰਨਮੈਂਟ ਨੇ ਕਿਹਾ ਕਿ ਅਸੀਂ ਕੱਟੜ ਇਮਾਨਦਾਰ ਹਾਂ ਜੀ, ਇਹਨਾਂ ਦਾ ਮੰਤਰੀ ਆਡੀਓ 'ਚ ਪੈਸੇ ਮੰਗ ਰਿਹਾ ਅਤੇ ਉਹਦੇ ਨਾਲ ਡੀਲ ਕਰ ਰਿਹਾ ਕਿ ਆਪਾਂ ਇੰਨੇ ਵਜੇ ਆਹ ਕਰਾਂਗੇ ਇੰਨੇ ਵਜੇ ਆਹ ਕਰਾਂਗੇ। ਇਹ ਤੋਂ ਵੱਡਾ ਹੋਰ ਮੁੱਦਾ ਕਿਹੜਾ? ਕਰਪਸ਼ਨ ਦਾ ਜਿਹੜਾ ਕੇਜਰੀਵਾਲ ਸਾਹਿਬ ਦਿੱਲੀ 'ਚ ਬੈਠ ਕੇ ਪਰਸੋਂ ਭਗਤ ਸਿੰਘ ਉਹਨਾਂ ਦੇ ਜਨਮ ਦਿਨ 'ਤੇ ਕਹਿ ਰਹੇ ਨੇ ਕਿ ਜੇਲ੍ਹ 'ਚ ਜਾਣ ਲਈ ਤਿਆਰ ਰਹੋ, ਜੇ ਝੂਠੇ ਪਰਚੇ ਬਣਾਏਗੇ, ਜੇ ਆਪਕੋ ਅੰਦਰ ਵੀ ਕਰੇਂਗੇ, ਹਮੇ ਬਦਨਾਮ ਵੀ ਕਰੇਂਗੇ, ਹਮੇ ਔਰ ਕੁਛ ਵੀ ਕਰੇਂਗੇ, ਹਮ ਨਾਇਰ ਕੋ ਪਕੜਾ ਗਿਆ ਹੈ, ਨਾਇਰ ਬਹੁਤ ਇਮਾਨਦਾਰ ਆਦਮੀ ਹੈ, ਨਾਇਰ ਜੇ ਹੈ, ਨਾਇਰ ਬਹੁਤ ਹੈ, ਨਾਇਰ ਹਮਾਰਾ ਵਰਕਰ ਹੈ, ਹਮਾਰਾ ਸਪੋਰਟਰ ਹੈ, ਇਸ ਲਈ ਉਸਕੋ ਅੰਦਰ ਕੀਆ ਜਾ ਰਿਹਾ। ਉਸਕੇ ਬਾਅਦ ਕਹਿ ਰਹੇ ਆਪ ਹੀ ਪਹਿਲਾਂ ਹੀ ਦੇਖੋ BJP ਦੀ ਇਹ ਬੀ ਟੀਮ ਆ, ਇਹਨਾਂ ਦੋਨਾਂ ਨੇ ਰਲ ਕੇ ਮੈਚ ਖੇਡਣਾ, ਇੱਕ ਦੂਜੇ ਨੂੰ ਪਾਸ ਦੇਣਾ ਕਿ ਜੇ ਤਾਂ UP 'ਚ ਇਲੈਕਸ਼ਨ ਹੁੰਦੀ ਆ ਉੱਥੇ ਪਤਾ BJP ਜਿਹੜੀ ਹੈ ਸਟਰੋਂਗ ਆ, ਇਹਨਾਂ ਆਮ ਆਦਮੀ ਪਾਰਟੀ ਨੇ ਇੱਕ ਬੰਦਾ ਨਹੀਂ ਖੜਾ ਕੀਤਾ, ਕਿਤੇ ਉਹਨਾਂ ਨੇ ਕੀਤਾ ਨਹੀਂ। ਇਹਨਾਂ ਪਤਾ ਕਿ ਜੇ ਸਾਡੀ ਫਾਈਟ ਉੱਤਰਾਖੰਡ 'ਚ ਕਾਂਗਰਸ ਦੀ ਵਰਸਿਸ BJP ਸੀ, ਇਹਨਾਂ ਉੱਥੇ ਬੰਦਾ ਖੜਾ ਕੀਤਾ। ਅੱਜ ਗੁਜਰਾਤ ਵਿੱਚ ਅਸੀਂ ਬਰਾਬਰ ਤਾਂ ਨਹੀਂ, ਅਸੀਂ ਅੱਗੇ ਹਾਂ। ਹਿਮਾਚਲ 'ਚ ਤੁਸੀਂ ਸਾਰੇ ਚੈਨਲ ਵਾਲੇ ਚਲੇ ਜਾਓ, ਅੱਜ ਵੀ ਕਾਂਗਰਸ ਉੱਤੇ ਅੱਗੇ ਆ, ਉੱਥੇ BJP। ਮੈਂ ਇਸ ਕਰਕੇ ਕਿਹਾ ਓਵੈਸੀ ਔਰ ਆਮ ਆਦਮੀ ਪਾਰਟੀ, ਇਹ ਦੋ ਇਹਨਾਂ ਦੇ ਬੰਦੇ ਨੇ, ਦੋਵੇਂ ਇਹਨਾਂ ਦੀ ਬੀ ਟੀਮ ਨੇ, ਮੈਂ ਕਹਿੰਦਾ ਫਸਟ ਟੀਮ 'ਚ ਇਹ ਰਲ ਕੇ ਖੇਡਦੇ ਨੇ। ਤੋ ਇਸ ਕਰਕੇ ਇਹੋ ਜਿਹਾ ਜੇ ਗੱਲਾਂ ਕਰਨੀਆਂ ਆਮ ਆਦਮੀ ਪਾਰਟੀ। ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ BJP ਇਹਨਾਂ ਦੇ ਨਾਲ ਗਲਤ ਕਰ ਰਹੀ ਆ, ਪਠਾਨ ਮਾਜਰਾ MLA ਨੇ ਇਹ ਕਿਹਾ ਕਿ ਮੈਨੂੰ 100 ਕਰੋੜ ਦੀ ਔਫਰ ਹੋਈ ਆ, ਕਿਉਂ ਨਹੀਂ ਅੱਜ ਤੱਕ ਪਠਾਨ ਮਾਜਰਾ ਸਾਹਮਣੇ ਆ ਰਿਹਾ ਔਰ ਇਹੀ ਕਹਿ ਗਿਆ ਕਿ ਮੈਨੂੰ ਕਸਮ ਨਾ, ਮੈਂ ਕਹਿ ਰਿਹਾ ਮੈਨੂੰ ਕੀਤਾ। ਉਹ ਜਿਹੜਾ ਬੰਦਾ ਆਇਆ ਉਹ ਭੂਤ 'ਤੇ ਆਇਆ ਨਹੀਂ, ਬੰਦਾ ਹੀ ਆਇਆ ਹੋਏਗਾ, ਅਤੇ ਉਹਨੂੰ ਕਿਉਂ ਨਹੀਂ ਅਜੇ ਤੱਕ ਅਰੈਸਟ ਕੀਤਾ? ਇਹਨਾਂ ਦੇ ਬੰਦੇ ਇਹ ਕਹਿ ਰਹੇ ਨੇ ਕਿ ਸਾਨੂੰ 25-25 ਕਰੋੜ ਦੀ ਔਫਰ ਹੋਈ। ਇੱਥੋਂ ਤੱਕ ਕਿ MLA ਨੇ ਕਿਹਾ ਕਿ ਮੈਂ ਲੇਕ 'ਤੇ ਜਾ ਕੇ ਮਿਲਿਆ, ਅਤੇ ਜਿਹੜਾ ਲੇਕ 'ਤੇ ਜਾ ਕੇ ਮਿਲਿਆ ਉਹ ਕਿ ਗੈਂਗਸਟਰ ਨੂੰ ਮਿਲਿਆ ਕਿ ਇਹਨੂੰ 25 ਕਰੋੜ ਵਾਲੇ BJP ਦੇ? ਇਹ ਮੁੱਦਾ ਨੇ ਕਿ ਇਹ ਤੁਹਾਨੂੰ ਪਰਚਾ ਜੇ DGP ਸਾਹਿਬ, ਮੈਂ ਤਾਂ ਬਹੁਤ ਦੇਰ ਦਾ ਜਾਣਦਾ, ਬੜੀ ਉਹਨਾਂ ਦੀ ਇੰਟੈਗਰਿਟੀ ਵਾਈਜ਼ ਉਹ ਬਹੁਤ ਵਧੀਆ DGP ਮੈਂ ਅੱਜ ਤੱਕ ਗਿਣਦਾ ਸੀ। ਇੱਕ ਵਿਧਾਨ ਸਭਾ ਦੇ ਸਪੀਕਰ ਨੂੰ ਕਿਵੇਂ ਦੇਖਦੇ ਹੋ? ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੱਖਪਾਤੀ ਹੈ ਇੱਕ ਪਾਰ, ਉਹਦੇ ਤੋਂ ਬਾਅਦ ਤੁਸੀਂ ਨਹੀਂ ਦੇਖਦੇ ਇੰਨਾ ਪੱਖਪਾਤੀ ਤੇ ਇੰਨਾ ਐਰੋਗੈਂਟ ਔਰ ਜਿਹੜਾ ਸੁਣਨਾ ਹੀ ਨਹੀਂ ਚਾਹੁੰਦਾ ਜੀ। ਇਹੀ ਸਪੀਕਰ ਰਾਣਾ KP, ਮੈਨੂੰ ਇੱਕ ਗੱਲ ਦੀ ਵਾਕਿਆ ਯਾਰ ਇਹੋ ਜਿਹੀ ਕੜੱਤਣ ਆ ਗਈ ਆ, ਇਹ ਪੰਜਾਬ ਦੀ ਜਿਹੜਾ ਮਾਹੌਲ ਹੈ ਉਹਨੂੰ ਖਰਾਬ ਕਰੇਗਾ। ਪੋਲੀਟੀਕਲ ਬੰਦੇ ਇੰਨੀ ਕੁੜੱਤਣ 'ਚ ਔਰ ਇੰਨੀ ਇਹੋ ਜਿਹਾ ਬੋਲ ਬੜਾ ਵਾਲਾ ਗਵਰਨਮੈਂਟ ਵਾਲੀ ਸਾਈਡ ਤੋਂ ਹੁੰਦਾ, ਸਾਡੇ ਵੇਲੇ ਵੀ ਸੀ, ਅਸੀਂ ਹੱਸ ਕੇ ਗੱਲ ਕਰਦੇ ਸੀ। ਇਹ ਤਾਂ ਇੰਨੀ ਟੈਨਸ਼ਨ 'ਚ ਆ ਗਏ ਨੇ, ਪਤਾ ਨਹੀਂ ਇਹਨੂੰ ਸਮਝ ਨਹੀਂ ਲੱਗਦੀ ਕਰਨਾ ਕੀ ਆ। ਔਰ ਸਪੀਕਰ ਸਾਹਿਬ ਜਿਹੜੇ ਨੇ ਉਹਨਾਂ ਵੱਲੋਂ ਮੈਨੂੰ ਉਹਨਾਂ ਦਾ ਤਾਂ ਬਿਲਕੁਲ ਹੀ ਐਟੀਟਿਊਡ ਹੀ ਚੇਂਜ ਹੋ ਗਿਆ। ਮੇਰੇ ਨਾਲ ਬੜਾ ਉਹਨਾਂ ਦਾ ਪਿਆਰ ਸੀ ਜੀ, ਮੇਰੇ ਘਰੇ ਆਣ ਕੇ ਬੈਠਦੇ ਸੀ, ਮੇਰੇ ਆਫਿਸ 'ਚ ਆ ਕੇ ਬੈਠਦੇ ਸੀ। ਮੈਂ ਇੱਜ਼ਤ ਮਾਣ ਮੇਰਾ ਖਿਆਲ ਕਾਂਗਰਸੀਆਂ ਨਾਲੋਂ ਵੱਧ ਇਹਨਾਂ ਨੂੰ ਦਿੰਦਾ ਰਿਹਾ ਔਰ ਤੁਸੀਂ ਵੀ ਦੇਖਦੇ ਰਹੇ ਹੋ ਕਿ ਮੇਰੇ ਕਮਰੇ 'ਚ ਅਮਨ ਅਰੋੜਾ ਇਹ ਸਾਰੇ ਜਿੰਨੇ 10-12 MLA ਸੀ, ਮੈਂ ਤਾਂ ਇਹਨਾਂ ਨੂੰ ਕਦੀ ਮੱਥੇ ਵੱਟ ਪਾਏ ਨਹੀਂ ਸੀ ਪਰ ਇਹਨਾਂ ਦੇ ਮੰਤਰੀ ਪਤਾ ਨਹੀਂ ਕੀ ਜ਼ਹਿਰ ਦੇ ਦਿੱਤਾ ਉਹਨਾਂ ਨੂੰ ਕੇਜਰੀਵਾਲ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰੋ, ਪੰਜਾਬ ਦੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਖਤਰੇ 'ਚ ਪਾ। ਠੀਕ ਹੈ, ਸ਼ੁਕਰੀਆ।